ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਾਡੇ ਸ਼ਹਿਰੀ ਪ੍ਰਧਾਨ ਜਿੰਦਰ ਬੇਰੀ ਜੀ ਵੱਲੋਂ ਹੁਕਮ ਹੋਇਆ ਸੀ ਕਿ ਸ਼ਹਿਰ ਦੇ ਵੱਖ ਵੱਖ ਚੌਂਕਾਂ 'ਚ ਅੱਜ ਜਿਹੜੇ ਅਸੀਂ ਧਰਨਾ ਪ੍ਰਦਰਸ਼ਨ ਕਰਦੇ ਪਏ ਆਮ ਆਦਮੀ ਪਾਰਟੀ ਦੇ ਖਿਲਾਫ, ਕਿਉਂਕਿ ਇਸ ਸਰਕਾਰ ਨੇ ਦੋਵਾਂ ਸਾਲਾਂ ਢਾਈਆਂ ਸਾਲਾਂ ਵਿੱਚ ਪੰਜਾਬ ਦੇ ਉਹ ਹਾਲਾਤ ਕਰਦੇ ਆ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਕੁਰਲਾ ਉੱਠਿਆ ਵਾ, ਪੰਜਾਬ ਦਾ ਲੋ ਐਂਡ ਆਰਡਰ ਜਿਹੜਾ ਕਿ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਤੁਸੀਂ ਰੋਜ਼ ਦੇਖੋ ਸ਼ਹਿਰਾਂ ਵਿੱਚ ਲੁੱਟਾਂ ਖੋਹਾਂ, ਕੋਈ ਧੀ ਭੈਣ ਨਹੀਂ ਸੇਵ, ਇਹਨਾਂ ਦੀਆਂ ਅੱਜ 8 ਮਹੀਨੇ ਤੋਂ ਲਾਈਟਾਂ ਬੰਦ ਆ, ਕੋਈ ਧੀ ਭੈਣ ਸ਼ਾਮੀ 6:30 ਵਜੇ 7 ਵਜੇ ਤੋਂ ਬਾਅਦ ਘਰ ਨਹੀਂ ਜਾ ਸਕਦੀ। ਅੱਜ ਉਹ ਮਾੜਾ ਹਾਲਾਤ ਕਰਦਾ ਹੈ। ਭਗਵੰਤ ਮਾਨ ਦੀ ਨਿਕੰਮੀ ਸਰਕਾਰ ਹੈ, ਕਹਿੰਦੇ ਨਾ ਜਿਸ ਦੇਸ਼ ਦਾ ਰਾਜਾ ਹੀ ਨਿਕੰਮਾ ਅਤੇ ਉਹਦੀ ਪ੍ਰਜਾ ਕੀ ਕਰੂ ਵਿਚਾਰੀ। ਸਾਡਾ ਰਾਜਾ ਹੀ ਨਿਕੰਮਾ ਭਗਵੰਤ ਮਾਨ ਸਿੰਘ। ਅੱਜ ਸ਼ਹਿਰ ਦਾ ਹਾਲਾਤ ਦੇਖ ਲਓ, ਜੇ 2 ਮਿੰਟ ਦੀ ਬਰਸਾਤ ਪੈ ਜਾਵੇ ਤਾਂ ਗੋਡੇ ਗੋਡੇ ਪਾਣੀ ਹੋ ਜਾਂਦਾ, ਔਰ ਲਾਈਟਾਂ ਬੰਦ ਪਈਆਂ ਵਾਂ, ਕੋਈ ਸੁਣਵਾਈ ਨਹੀਂ। ਇਹਨਾਂ ਦੇ ਆਪਣੇ MLA ਜਿਹੜੇ ਭਗਵੰਤ ਮਾਨ ਦੇ, ਉਹ ਆਪ ਰੋਣ ਦੇ ਵੀ ਸਾਡੇ ਕੰਮ ਨਹੀਂ ਹੋਣ ਡੇ, ਬਾਕੀ ਲੋਕਾਂ ਦੇ ਤਾਂ ਬੜੀ ਦੂਰ ਦੀ ਗੱਲ ਆ। ਭਗਵੰਤ ਮਾਨ ਦੇ ਆਪਣੇ ਕੰਮ ਨਹੀਂ ਹੋ ਰਹੇ, ਭਗਵੰਤ ਮਾਨ ਦੇ MLA ਦੇ ਕੰਮ ਨਹੀਂ ਹੋ ਰਹੇ, ਸਰਕਾਰਾਂ ਦਫ਼ਤਰ ਸਾਰੇ ਠੱਪ ਪਏ ਆ, ਕਾਰਪੋਰੇਸ਼ਨ ਦੇ ਕੰਮ ਸਾਰੇ ਠੱਪ ਪਏ ਆ, ਪਰ ਇਸ ਤੋਂ ਮਾੜੀ ਕਾਰਗੁਜ਼ਾਰੀ ਮੈਂ ਇਸ ਤੋਂ ਮਾੜਾ ਕਦੀ ਮੁੱਖ ਮੰਤਰੀ ਅੱਜ ਤੱਕ ਨਹੀਂ ਦੇਖਿਆ, ਜੋ ਕਿ ਅੱਜ ਪੰਜਾਬ ਦਾ ਭਵਿੱਖ ਆਪਾਂ ਇੱਕ ਬੜੇ ਮਾੜੇ ਬੰਦੇ ਦੇ ਹੱਥ ਫੜਾਤਾ ਹੈ। ਮੈਨੂੰ ਨਹੀਂ ਲੱਗਦਾ ਕਿ ਅਸੀਂ ਸਾਰੇ ਇੱਥੇ ਸੇਫ ਹਾਂ। ਪੰਜਾਬ ਦਿਨ ਬਾ ਦਿਨ ਤਰੱਕੀ ਕਰਨ ਦੀ ਬਜਾਏ ਹੱਥ ਵੱਡੇ ਜਿਹੜੇ ਲੋਅ ਐਂਡ ਆਰਡਰ ਆ, ਲੋਅ ਐਂਡ ਆਰਡਰ ਦੇ ਹਾਂਜੀ ਲੁੱਟਾਂ ਖੋਹਾਂ ਲਈ ਜਿਹੜੇ ਹੱਥ ਵੱਡੇ ਗਏ ਬਹੁਤ ਬੋਲਦਾ ਪਏ। ਅੱਜ ਦੇਖੋ ਪੰਜਾਬ ਦੇ ਹਾਲਾਤ ਜੋ ਕਿੰਨੇ ਮਾੜੇ ਹਾਲਾਤ ਚੱਲਦੇ ਪਿਆ, ਰੋਜ਼ ਡੇਲੀ
ਕੋਈ ਨਾ ਕੋਈ ਕਿਸੇ ਨਾ ਕਿਸੇ ਕੋਈ ਸਨੈਚਿੰਗ ਹੋ ਰਹੀ, ਕੋਈ ਚੋਰੀ ਹੋ ਰਹੀ ਆ, ਇਸ ਤੋਂ ਮਾੜੀ ਸਰਕਾਰ ਨਾ ਕਰੀ ਆਈ ਆ ਭਵਿੱਖ 'ਚ। ਅਤੇ ਮੈਂ ਆਮ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ, ਆਪਦੀ ਇੱਕ ਇੱਕ ਵੋਟ ਸੋਚ ਸਮੇਂ ਕੇ ਪਾਇਆ ਕਰੋ, ਨਹੀਂ ਇਹੋ ਜਿਹੇ ਨਲਾਇਕ ਰਾਜੇ ਆ ਗਏ ਤਾਂ ਸਾਡੇ ਦੇਸ਼ ਨੂੰ ਲੁੱਟ ਕੇ ਖਾ ਜਾਣਗੇ। ਆਪਣੀ ਸਿਰਫ ਵੋਟਾਂ 'ਤੇ ਇਹ ਐਡ ਜੋਗੇ ਰਹਿ ਗਏ ਆ, ਐਡ ਦਿੰਦੇ ਨੇ ਵੋਟਾਂ ਦੇ, ਬਸ ਐਡਾਂ ਜੋਗੇ ਰਹਿ ਗਏ। ਸਰਕਾਰ ਇਸ ਤੋਂ ਅੱਗੇ ਕੁਛ ਨਹੀਂ ਕਰਨ ਜੋਗੀ। ਅੱਜ ਇਹਨਾਂ ਦੇ ਆਪਣੇ MLA ਤੱਕ ਰੋਣ ਡਿਆ, ਇਸ ਲਈ ਅਸੀਂ ਪ੍ਰੋਟੈਸਟ ਕਰਦੇ ਹਾਂ ਔਰ ਆਪਣੇ ਲੋਕਾਂ ਵਾਸਤੇ ਰੋਜ਼ ਅਸੀਂ ਕਿਤੇ ਨਾ ਕਿਤੇ ਪ੍ਰੋਟੈਸਟ ਕਰਾਂਗੇ ਜਿੰਨੀ ਦੇਰ ਸਾਡੇ ਲੋਕ ਇਸ ਨਲਾਇਕ ਸਰਕਾਰ ਤੋਂ ਆਜ਼ਾਦ ਨਹੀਂ ਹੋ ਜਾਂਦੇ। ਪੰਜਾਬ ਵਿੱਚ 2.5 ਸਾਲਾਂ ਦੇ ਇਹਨਾਂ ਨੇ ਸਿਰਫ ਅਤੇ ਸਿਰਫ ਅਨਾਊਂਸਮੈਂਟ ਕੀਤੀਆਂ, ਕੰਮ ਕੁਛ ਨਹੀਂ ਕੀਤਾ। ਉੱਥੋਂ ਜਨਤਾ 'ਤੇ ਬੋਝ ਪਾਇਆ, ਕਹਿੰਦੇ ਅਸੀਂ ਆਮ ਜਨਤਾ ਦੇ ਕਰਕੇ ਨਾਮ ਆਮ ਆਦਮੀ ਪਾਰਟੀ ਰੱਖਿਆ, ਪਰ ਜਨਤਾ ਦਾ ਇਹਨਾਂ ਨੇ ਕੀ ਸਵਾਰਿਆ? ਇਹ ਸਵਾਲ ਹੈ ਸਾਡਾ ਭਗਵੰਤ ਮਾਨ ਜੀ। ਇੱਕ ਪਾਸੇ ਤਾਂ ਕਹਿੰਦੇ ਬਿਜਲੀ ਦੇ ਯੂਨਿਟ 300 ਫ੍ਰੀ ਦੇਣੇ, ਅਤੇ ਦੂਸਰੇ ਪਾਸੇ ਜਿਹੜੀ ਜਿਹੜੀ ਸਬਸਿਡੀ ਦਿੰਦੇ ਸੀ ਉਹ ਵਾਪਸ ਲੈ ਲਈ। ਪੈਟਰੋਲ ਡੀਜ਼ਲ ਦੇ ਦਾਮ ਵਧਾ ਕੇ, ਜੇ ਇਹੋ ਜਿਹੀ ਸਬਸਿਡੀ ਦੇ ਰਹੀ ਸੀ ਤਾਂ ਪੈਟਰੋਲ ਡੀਜ਼ਲ ਦੇ ਦਾਮ ਵਧਾ ਕੇ ਸਬਸਿਡੀ ਦੇਣੀ, ਉਹਦਾ ਕੀ ਤੁੱਕ ਬਣਦੀ ਹੈ? ਹਰ ਗੱਲ 'ਤੇ ਇਹ ਸਰਕਾਰ ਫੇਲ ਹੋ ਚੁੱਕੀ ਹੈ। ਇੱਕ ਤਾਂ ਨਾ ਡਰ ਲੱਗਦਾ ਮੋਦੀ ਜੀ ਦੀ ਮਨ ਕੀ ਬਾਤ ਤੋਂ, ਅਤੇ ਭਗਵੰਤ ਮਾਨ ਜੀ ਜਦੋਂ ਬੋਲਦੇ ਨੇ ਕਹਿੰਦੇ ਇੱਕ ਅੱਖਾਂ ਖੋਲ੍ਹ ਕੇ ਪਬਲਿਕ 'ਚ ਉਹ ਬੰਦਾ ਗੱਲ ਕਰਦਾ ਜਿਹੜਾ ਸੱਚਾ ਹੁੰਦਾ, ਅਤੇ ਇੱਕ ਅੱਖਾਂ ਖੋਲ੍ਹ ਕੇ ਉਹ ਗੱਲ ਕਰਦਾ ਜਿਹੜਾ ਕਿ ਬੇਈਮਾਨ ਅਤੇ ਝੂਠਾ ਹੁੰਦਾ। ਅਤੇ ਭਗਵੰਤ ਮਾਨ ਜੀ ਜਦੋਂ ਵੀ ਬੋਲਦੇ ਨੇ ਪੂਰੀਆਂ ਅੱਖਾਂ ਖੋਲ੍ਹ ਕੇ ਬੋਲਦੇ ਨੇ, ਇੱਦਾਂ ਬੋਲਦੇ ਨੇ ਕਿ ਮੇਰੇ ਵਰਗਾ ਕੋਈ ਬੰਦਾ ਨਹੀਂ ਅਤੇ ਕੰਮ ਢੇਲੇ ਦਾ ਨਹੀਂ। ਇਹ ਹਾਲ ਹੋਇਆ ਹੈ। ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਤਰ੍ਹਾਂ ਪੈਟਰੋਲ ਡੀਜ਼ਲ ਦੇ ਦਾਮ ਵਧੇ ਸੀ, ਕੱਲ੍ਹ DC ਸਾਹਿਬ ਨੂੰ ਮੈਮੋਰੈਂਡਮ ਵੀ ਦਿੱਤਾ, ਅਤੇ ਅੱਜ ਨਕੋਦਰ ਚੌਂਕ ਇਹ ਲੋਕ ਕਾਂਗਰਸ ਪਾਰਟੀ ਦੇ ਕਾਰਜਕਰਤਾ ਦੇ ਨਾਲ ਪਬਲਿਕ ਜੁੜ ਗਈ ਹੈ, ਕਿਉਂਕਿ ਇਹ ਸਾਰਾ ਬੋਝ ਪਬਲਿਕ 'ਤੇ ਪਿਆ। ਔਰ ਇੱਥੇ ਆ ਕੇ ਸਾਨੂੰ ਹੋਰ ਬੜੀ ਸ਼ਰਮ ਆਈ, ਤੁਸੀਂ BR ਅੰਬੇਦਕਰ ਚੌਂਕ 'ਚ ਅਸੀਂ ਖੜ੍ਹੇ ਹਾਂ, ਤੁਸੀਂ ਇਹ ਥੱਲੇ ਝਾਤੀ ਮਾਰ ਕੇ ਦੇਖੋ, 1.5 ਫੁੱਟ ਤਾਂ ਆ ਗਿਆ ਹੈ। ਇੱਕ ਕੰਮ ਤਾਂ ਸਹੀ ਕਰ ਲਓ, ਚੌਂਕਾਂ ਦੀ ਸੁੰਦਰੀਆਕਰਨ, ਸਵੱਛ ਭਾਰਤ, ਕਿੱਥੇ ਨੇ ਇਹ ਨਾਰੇ ਦੇ ਨਾਰੇ ਰਹਿ ਗਏ? ਸਵੱਛ ਭਾਰਤ ਦਾ ਕੀ ਇਹ ਨੋਰਮਲ ਸਫਾਈ ਨਹੀਂ ਹੈ? ਆਹ ਦੇਖੋ ਕੰਮ ਸਭ ਇਹਦੇ ਵਿੱਚੋਂ ਨਿਕਲਦੇ, ਗੰਡੋਏ ਨਿਕਲਦੇ ਨੇ। ਔਰ ਆਪਾਂ ਇੱਕ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ ਚੌਂਕ ਦਾ ਨਾਮ ਲੈ ਕੇ ਇਸ ਚੌਂਕ ਨੂੰ ਬਣਾਇਆ, ਔਰ ਹਾਲਤ ਇੰਨੇ ਮਾੜੇ ਕਰਦੇ ਨੇ। ਇਹ ਸ਼ਹਿਰ ਦੇ ਕਿਤੇ ਵੀ ਚਲੇ ਜਾਓ, ਕੋਈ ਸੜਕ ਦੇਖ ਲਓ ਅਤੇ ਕੋਈ ਰੋਡ ਗਲੀ ਦੇਖ ਲਓ, ਕਿਤੇ ਵੀ ਤੁਹਾਨੂੰ ਸਫਾਈ ਨਜ਼ਰ ਆਏਗੀ। ਅਤੇ ਅਸੀਂ ਕਹਾਂਗੇ ਕਿ ਅਸੀਂ ਝੂਠੇ ਹਾਂ ਅਤੇ ਭਗਵੰਤ ਮਾਨ ਜੀ ਸੱਚੇ। ਇਲੈਕਸ਼ਨ ਬਾਈ ਇਲੈਕਸ਼ਨ ਹੋਇਆ, ਭਗਵੰਤ ਮਾਨ ਜੀ ਇੱਥੇ ਆ ਕੇ ਬੈਠੇ ਰਹੇ, ਸਾਰਾ ਦਾ ਸਾਰਾ ਕਾਰਪੋਰੇਸ਼ਨ ਦਾ ਲਾਭ ਲਸ਼ਕਰ ਇਹਨਾਂ ਨੇ ਬੈਸਟ ਹੋ ਕੇ ਚਲਾਤਾ, ਸੜਕਾਂ ਬਣਾ ਦਿਓ, ਕੀ ਹੋਇਆ? ਅੱਜ ਬੈਸਟ ਵਿੱਚ ਜਾ ਕੇ ਦੇਖੋ, ਤੁਹਾਨੂੰ 1% ਦੀ ਇੰਪਰੂਵਮੈਂਟ ਨਜ਼ਰ ਆਈ। ਚੁਣਾਵੀ ਦਿਨਾਂ ਵਿੱਚ ਇਹ ਸਾਰ ਕਰਕੇ ਸੋਚਦੇ ਕਿ ਅਸੀਂ ਲੋਕ ਭਰਮਾ ਲਏ, ਪਰ ਲੋਕ ਸਿਆਣੇ ਹੋ ਚੁੱਕੇ ਨੇ, 2027 ਨੂੰ ਬੁਰੀ ਤਰ੍ਹਾਂ ਉਡੀਕ ਰਹੇ ਨੇ। ਕਦ ਸਰ ਉਹ 27 ਆਵੇ ਅਤੇ ਇਹਨਾਂ ਨੂੰ ਅਸੀਂ ਪੰਜਾਬ ਤੋਂ ਚਲਤਾ ਦੇਣਾ।